हाँ जी, सत श्री अकाल जी। स्वागत है ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ। ਅੱਜ ਗੱਲ ਕਰਦੇ ਆਪਾਂ, ਜਿਵੇਂ ਕਿ ਹੁਣ ਇਸ ਟਾਈਮ ਤੇ ਆਪਾਂ ਨੂੰ ਪਤਾ ਹੀ ਆ ਕਿ ਜਿਹੜੀ ਬਾਰਿਸ਼ ਆ ਗਈ ਬਹੁਤ ਜ਼ਿਆਦਾ, ਬਾਰਿਸ਼ ਕਈ ਏਰੀਆ ਦੇ ਵਿੱਚ ਹੋ ਚੁੱਕੀ ਆ ਤੇ ਬਾਕੀ ਹਜੇ ਚੱਲ ਰਹੀ ਆ ਬਾਰਿਸ਼। ਉਸ ਦੇ ਨਾਲ ਕਈ ਕਿਸਾਨ ਵੀਰਾਂ ਦਾ ਝੋਨਾ ਡੁੱਬ ਗਿਆ ਤੇ ਫਸਲ ਆ ਜਿਹੜੀ ਮਰਨ ਦਾ ਖਦਸ਼ਾ ਜਿਹੜਾ ਉਹ ਬਣ ਗਿਆ। ਸੋ ਆਪਾਂ ਫਸਲ ਨੂੰ ਕਿਸ ਤਰੀਕੇ ਨਾਲ ਬਚਾ ਸਕਦੇ ਹਾਂ? ਕੁਛ ਹੱਦ ਤੱਕ ਜੇਕਰ ਪਾਣੀ ਸੁੱਕਦਾ ਤਾਂ ਆਪਾਂ ਉਸਦੇ ਵਾਸਤੇ ਜਿਹੜੇ ਮਤਲਬ ਕਿ ਉਪਰਾਲੇ ਨੇ ਉਸਨੂੰ ਬਚਾਉਣ ਦੇ ਜਾਂ ਦੁਬਾਰਾ ਉਸ ਫਸਲ ਨੂੰ ਅੱਪ ਕਰਨ ਦੇ ਕੀ ਉਪਰਾਲੇ ਕਰ ਸਕਦੇ ਹਾਂ, ਆਪਾਂ ਉਸ ਵਿਸ਼ੇ 'ਤੇ ਅੱਜ ਗੱਲਬਾਤ ਕਰਦੇ ਹਾਂ। ਸੋ ਅੱਗੇ ਵਧਣ ਤੋਂ ਪਹਿਲਾਂ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਕਰ ਲਓ ਸਬਸਕ੍ਰਾਈਬ ਅਤੇ ਨਾਲ ਲੱਗਦਾ ਘੰਟੀ ਵਾਲਾ ਬਟਨ ਦੱਬ ਲਓ ਤਾਂ ਜੋ ਆਉਣ ਵਾਲੀਆਂ ਵੀਡੀਓ ਸਾਡੇ ਨਾਲ ਜੁੜੇ ਰਹਿ ਸਕੋ। ਸੋ ਜਿਵੇਂ ਕਿ ਆਪਾਂ ਨੂੰ ਪਤਾ ਜਿਹੜਾ ਕਿ ਬਾਰਿਸ਼ ਦਾ ਪਾਣੀ ਆ, ਕਈ ਵਾਰੀ ਬਾਰਿਸ਼ ਦਾ ਪਾਣੀ ਆ ਜਿਹੜਾ, ਜਾਂ ਮੀਂਹ ਦਾ ਪਾਣੀ ਕਹਿ ਸਕਦੇ ਆਪਾਂ, ਦੂਸਰੇ ਖੇਤਾਂ ਦੇ ਵਿੱਚੋਂ ਆ ਕੇ ਜਿਹੜੇ ਨੀਵੇਂ ਖੇਤ ਹੁੰਦੇ ਆ ਉਹਨਾਂ ਖੇਤਾਂ ਦੇ ਵਿੱਚ ਜ਼ਿਆਦਾ ਇਕੱਠਾ ਹੋ ਜਾਂਦਾ, ਜਿਸ ਦੇ ਨਾਲ ਕਿ ਗਾਰ ਵੀ ਆ ਜਾਂਦੀ ਆ ਜਾਂ ਗੰਦਲਿਆ ਪਾਣੀ ਆ ਜਾਂਦਾ। ਜਿਵੇਂ ਕਿ ਕਈ ਵਾਰੀ ਆਪਣੇ ਸੇਮ ਨਾਲੇ ਹੁੰਦੇ ਨੇ ਲਾਗੇ ਜਾਂ ਨਹਿਰ ਹੁੰਦੀ ਆ ਜਾਂ ਕੋਈ ਸੂਆ ਹੁੰਦਾ, ਇਸ ਤਰੀਕੇ ਨਾਲ ਜਿਹੜੀ ਉਸ ਮਤਲਬ ਕਿ ਇਸ ਤਰੀਕੇ ਦੇ ਖੇਤ ਹੁੰਦੇ ਨੇ ਜਿੱਥੇ ਕਿ ਜ਼ਿਆਦਾ ਨੀਵੇਂ ਦੂਸਰੇ ਖੇਤਾਂ ਤੋਂ ਹੁੰਦੇ ਆ, ਤਾਂ ਸੋ ਜੋ ਪਿਛਲਾ ਪਾਣੀ ਆ ਜਦੋਂ ਚੱਲ ਪੈਂਦਾ ਤਾਂ ਉਹਨਾਂ ਖੇਤਾਂ ਦੇ ਉੱਤੇ ਆ ਕੇ ਉਹ ਮਾਰ ਕਰਦਾ। ਸੋ ਉਸ 'ਤੇ ਆਪਾਂ ਕੀ ਕਰ ਸਕਦੇ ਹਾਂਗੇ? ਉਸ ਦੇ ਉੱਤੇ ਆਪਾਂ ਜੇਕਰ ਪਾਣੀ ਚੱਲ ਰਿਹਾ ਤਾਂ ਸਾਫ਼ ਪਾਣੀ ਚੱਲ ਰਿਹਾ, ਆਪਾਂ ਇਹ ਦੇਖਣਾ, ਤਾਂ ਖਾਦਾਂ ਜਾਂ ਹੋਰ ਚੀਜ਼ ਵਰਤਣ ਤੋਂ ਆਪਾਂ ਗਰੇਜ਼ ਕਰੀਏ ਉਨਾ ਟਾਈਮ ਜਿੰਨਾ ਟਾਈਮ ਪਾਣੀ ਮਤਲਬ ਕਿ ਚੱਲ ਰਿਹਾ ਹੈਗਾ, ਸਰਵਾਈਵ ਕਰ ਰਿਹਾ ਪਾਣੀ, ਉਨਾ ਟਾਈਮ ਆਪਾਂ ਕੁਛ ਵੀ ਨਹੀਂ ਪਾਉਣਾ। ਉਸ ਤੋਂ ਬਾਅਦ ਜੇਕਰ ਪਾਣੀ ਰੁਕ ਗਿਆ ਤਾਂ ਆਪਾਂ ਕੀ ਕਰ ਸਕਦੇ? ਇਹਦੇ ਵਿੱਚ ਆਪਾਂ ਨੇ ਇਹਨਾਂ ਦੇ ਵਿੱਚੋਂ ਕੋਈ ਵੀ ਫਾਰਮੂਲੇ ਵਰਤ ਸਕਦੇ ਹਾਂ, ਜਿਵੇਂ ਕਿ ਜਿਹੜਾ ਸਲਫਰ ਆ, ਆਪਾਂ ਯੂਰੀਆ ਦੇ ਨਾਲ ਸਲਫਰ ਪਾ ਸਕਦੇ ਹਾਂ 10 ਤੋਂ 12 ਕਿਲੋ ਤੱਕ। ਜੇਕਰ ਆਪਾਂ ਨੇ ਪਹਿਲਾਂ ਆਪਾਂ ਨੂੰ ਕੁਛ ਕੁ ਦਿਨ ਪਹਿਲਾਂ ਆਪਾਂ 1-2 ਦਿਨ ਪਹਿਲਾਂ ਜਿੰਕ ਵਗੈਰਾ ਪਾਈ ਹੈਗੀ ਜਾਂ ਪੋਟਾਸ਼ ਪਾਈ ਆ ਕੁਛ ਵੀ ਰੁੱਤੇ ਪਾਉਂਦੇ, ਤਾਂ ਆਪਾਂ ਉਸਨੂੰ ਦੁਬਾਰਾ, ਕਿਉਂਕਿ ਜਿਹੜੀਆਂ ਇਹ ਚੀਜ਼ਾਂ ਆਉਂਦੀਆਂ ਨੇਗੀਆਂ ਮਤਲਬ ਕਿ ਕੋਈ ਵੀ ਜਿਹੜੀ ਕੁਦਰਤੀ ਆਫਤ ਆਉਂਦੀ ਹੈ ਇਸ ਰੂਪ ਦੇ ਵਿੱਚ, ਉਹ ਨੁਕਸਾਨ ਆਪਣਾ ਥੋੜ੍ਹਾ ਮੋਟਾ ਕਰਕੇ ਜਾਂਦੀ ਆ ਫਾਇਦੇ ਦੇ ਨਾਲ ਨਾਲ। ਸੋ ਆਪਾਂ ਨੂੰ ਉਸ ਦੇ ਵਾਸਤੇ ਵੀ ਐਕਸਟਰਾ ਮਤਲਬ ਕਿ ਦੁਬਾਰਾ ਜਿੰਕ ਜਾਂ ਪੋਟਾਸ਼ ਵੀ ਪਾ ਸਕਦੇ ਹਾਂ ਕੁਛ ਮਾਤਰਾ ਦੇ ਵਿੱਚ। ਉਸ ਤੋਂ ਬਾਅਦ ਜੇਕਰ ਆਪਣੇ ਕਈ ਵਾਰੀ ਪਾਣੀ ਜ਼ਿਆਦਾ ਆਪਾਂ ਨੂੰ ਲੱਗਦਾ ਕਿ ਜ਼ਿਆਦਾ ਦਿਨ ਪਾਣੀ ਰੁਕਿਆ ਰਿਹਾ, ਵੈਸੇ 5-7 ਦਿਨ ਹਫ਼ਤਾ ਜੇਕਰ ਝੋਨੇ ਦੇ ਉੱਪਰ ਤੱਕ ਪਾਣੀ ਖੜ੍ਹਾ ਰਹੇ ਤਾਂ ਇਸ ਨੂੰ ਮਤਲਬ ਕਿ ਝੋਨੇ ਦੀ ਫਸਲ ਖਰਾਬ ਨਹੀਂ ਹੁੰਦੀ। ਇੱਕ ਝੋਨੇ ਦੇ ਵਿੱਚ ਗੁਣ ਹੁੰਦਾ ਤੁਹਾਨੂੰ ਤੁਸੀਂ ਨੋਟ ਕਰੋਗੇ, ਜੇਕਰ ਜ਼ਿਆਦਾ ਪਾਣੀ ਆਪਣੇ ਝੋਨੇ ਦੇ ਵਿੱਚ ਖੜ੍ਹਾ ਰਹਿੰਦਾ ਤਾਂ ਇਸ ਦਾ ਜਿਹੜਾ ਪੌਦਿਆਂ ਦਾ, ਜਦੋਂ ਵੀ ਪੌਦਿਆਂ ਦੇ ਪੱਤੇ ਨੰਗੇ ਹੁੰਦੇ, ਜਿਹੜਾ ਵਾਧਾ ਗਾ ਉਹ ਬਹੁਤ ਤੇਜ਼ੀ ਨਾਲ ਹੋਊਗਾ, ਕਿਉਂਕਿ ਉਹ ਅੱਗੇ ਵਧਣੇ ਸ਼ੁਰੂ ਹੋ ਜਾਣਗੇ, ਜਿਹੜੀ ਫਟਾਰ ਆ ਉਹ ਨਹੀਂ ਮਤਲਬ ਕਿ ਕਰਦੇ, ਉੱਪਰ ਨੂੰ ਵਧਣਗੇ, ਉਹ ਕੋਸ਼ਿਸ਼ ਕਰਨਗੇ ਪਾਣੀ ਤੋਂ ਉੱਪਰ ਆਉਣ ਦੀ। ਸੋ ਇਸ ਕਰਕੇ ਆਪਾਂ ਨੇ, ਆਪਾਂ ਨੂੰ ਬੈਨੀਫਿਟ ਮਿਲਣਾ ਫਟਾਰੇ ਨਾਲ, ਆਪਾਂ ਨੇ ਕੀ ਕਰਨਾ ਗਾ, ਇਹ ਡੋਜ਼ ਆਪਾਂ ਜੋ ਪਹਿਲਾਂ ਗੱਲ ਕੀਤੀ ਉਹ ਦੇ ਸਕਦੇ ਹਾਂ। ਉਸ ਤੋਂ ਬਾਅਦ ਆਪਾਂ ਇਹਨੂੰ ਕੀ ਕਰਨਾ, ਜੇਕਰ ਆਪਣੇ ਮਤਲਬ ਕਿ ਪੌਦੇ ਦੇ ਉੱਤੇ ਗੰਦਾ ਪਾਣੀ, ਆਪਾਂ ਕਹਿ ਦਈਏ ਰੇਤੇ ਵਾਲਾ ਪਾਣੀ ਜੰਮ ਚੁੱਕਿਆ, ਤਾਂ ਜੇਕਰ ਥੋੜ੍ਹੇ ਰਕਬੇ ਦੇ ਵਿੱਚ ਆਪਣਾ ਝੋਨਾ ਕੁਛ 1 ਕਿੱਲੇ ਹੁੰਦੇ ਨੇ ਜਾਂ ਉਹ ਕੁਛ ਏਰੀਆ ਹੁੰਦਾ ਕਿ ਉਹ ਖਤਮ ਮਤਲਬ ਕਿ ਡੂੰਘਾ ਹੁੰਦਾ, ਉਹਦੇ ਨਾਲ ਰੇਤ ਨਾਲ ਆਪਾਂ ਨੂੰ ਲੱਗਦਾ ਖਤਮ ਹੋਊਗੀ, ਤਾਂ ਉਸਦੀ ਆਪਾਂ ਕਟਾਈ ਵੀ ਕਰ ਸਕਦੇ ਹਾਂ। ਪ੍ਰੋਪਰ ਕਟਾਈ ਕਰਕੇ ਉਹਦੇ ਉੱਤੇ ਆਪਾਂ ਸਪਰੇ ਵਗੈਰਾ ਕਰ ਸਕਦੇ ਹਾਂਗੇ, ਜਿਹੜੀਆਂ ਕਿ ਆਪਾਂ ਪਹਿਲਾਂ ਵੀ ਸਪਰੇਹਾਂ ਦੀ ਗੱਲ ਕਰਦੇ ਹੁੰਦੇ ਹਾਂ, ਉਹ ਸਪਰੇਹਾਂ ਕਰ ਸਕਦੇ ਹਾਂ ਜਿਹੜੀਆਂ ਕਿ ਤੱਤਾਂ ਵਾਲੀਆਂ ਸਪਰੇਹਾਂ ਹੁੰਦੀਆਂ ਨੇਗੀਆਂ। ਸੋ ਉਹਨਾਂ ਸਪਰੇਹਾਂ ਨੂੰ ਆਪਾਂ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ, ਉਹਨਾਂ ਦੇ ਘੋਲ ਆਪਾਂ ਕਿਸ ਤਰੀਕੇ ਨਾਲ ਬਣਾ ਸਕਦੇ ਹਾਂ? ਜਿਵੇਂ ਕਿ ਜੇਕਰ ਆਪਾਂ ਨੇ ਝੋਨੇ ਦੀ ਆਪਣੇ ਦੀ ਕਟਾਈ ਕੀਤੀ ਹੈ ਤਾਂ ਉਸ ਦੇ ਉੱਤੇ ਆਪਾਂ 21% ਆ ਜਿਹੜੀ ਜਿੰਕ ਉਹ ਲੈਣੀ ਹੈ 1 ਕਿਲੋ, ਜਾਂ ਜੇਕਰ 21% ਨਹੀਂ ਹੈਗੀ 33% ਆਪਾਂ 1/2 ਕਿਲੋ ਲੈ ਸਕਦੇ ਹਾਂ, 1 ਕਿਲੋ ਯੂਰੀਆ ਪਾ ਸਕਦੇ ਹਾਂ, ਅਤੇ ਜਿਹੜਾ ਲੋਹਾ 19% ਵਾਲਾ ਉਹ 1/2 ਕਿਲੋ ਲੈ ਸਕਦੇ ਹਾਂ। ਇਹ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਨਹੀਂ ਲੈਣੀ, ਆਪਾਂ ਨੇ ਕੋਸ਼ਿਸ਼ ਕਰਨੀ ਹੈ ਕਿ ਡੋਜ਼ ਸਿਰਫ ਇੰਨੀ ਕੁ ਲਿੱਤੀ ਜਾਵੇ, ਅਤੇ ਕਲੀ ਆ ਜਿਹੜੀ ਕਲੀ ਦਾ ਪਾਣੀ ਆ ਜਿਹੜੀ 1/2 ਕਿਲੋ ਕਲੀ ਦਾ ਨਿੱਤਰਿਆ ਪਾਣੀ ਲੈਣਾ, 1/2 ਕਿਲੋ ਕਲੀ ਦਾ ਜਿਹੜਾ ਪਾਣੀ ਆ, ਇਹ 4-5 ਤੱਤ ਨੇਗੇ ਜਿਹੜੇ ਕਿ ਆਪਾਂ ਨੇ ਮਿਲਾ ਕੇ ਸਪਰੇਅ ਕਰਨੀ ਹੈ। ਪਰ ਜਿਹੜਾ ਕਲੀ ਦਾ ਪਾਣੀ ਹੈ ਇਹਨੂੰ ਕਾਫੀ ਪਾਣੀ ਦੇ ਵਿੱਚ ਆਪਾਂ ਨੇ ਥੋੜ੍ਹਾ ਜ਼ਿਆਦਾ ਪਾਣੀ ਦੇ ਵਿੱਚ ਘੋਲਣੀ ਆ ਕਲੀ, ਤਾਂ ਜੋ ਵਧੀਆ ਰਿਜ਼ਲਟ ਮਿਲ ਸਕੇ। ਇਸ ਦੇ ਵਿੱਚ ਆਪਾਂ ਜਿਹੜੀ ਯੂਰੀਆ ਉਹਦੀ ਜਗ੍ਹਾ 'ਤੇ ਆਪਾਂ ਨੈਨੋ ਯੂਰੀਆ ਵੀ ਪਾ ਸਕਦੇ ਹਾਂ, ਉਸਦਾ ਵਧੀਆ ਰਿਜ਼ਲਟ, ਇਸ ਤੋਂ ਵੀ ਬਹੁਤ ਵਧੀਆ ਰਿਜ਼ਲਟ ਮਿਲੂਗਾ। ਸੋ ਆਪਾਂ ਇਹ ਕਟਾਈ ਕਰਨੀ ਹੈ ਤਾਂ ਵੀ, ਜੇਕਰ ਨਹੀਂ ਵੀ ਕਟਾਈ ਕਰਨੀ, ਆਪਾਂ ਝੋਨੇ ਦੀ ਗਰੋਥ ਜਲਦੀ ਕਰਾਉਣੀ ਚਾਹੁੰਦੇ ਹਾਂ ਤਾਂ ਵੀ ਆਪਾਂ ਇਸ ਦੀਆਂ 1 ਜਾਂ 2 ਸਪਰੇਹਾਂ ਕਰ ਸਕਦੇ ਹਾਂ, ਤਾਂ ਜੋ ਆਪਣਾ ਝੋਨਾ ਜਲਦੀ ਅੱਗੇ ਮਤਲਬ ਕਿ
शुरू हो सकता। आप 25 तो 35 दिनों के झोने की कटाई कर सकते, इस तो ज़्यादा झोने की कटाई करने का कोई खास बेनीफिट नहीं मिलना। सो जिहड़ी आपां ने स्प्रे करनी, एक या दो स्प्रेहां या तीन स्प्रेहां तक आप कर सकते हैं। जिन्ना आपां स्प्रेहां का बेनीफिट मिलेगा, थले यूरिया पाएगा या आपां नूं होर चीज़ां पाएगा, उन्ना बेनीफिट नहीं मिलना। सो आपां कोशिश करिए कि जिहड़े खेतों के झोना लग्या होया सी ते उस दे उत्ते ज़्यादा पानी की मार लगती आपां नूं, आपां उस दे उत्ते इह जिहड़ा कॉम्बो आ कॉम्बीनेशन आ जिहड़ा इह खादां दा, इहदे आपां मिक्स करके इहदी स्प्रे करन की कोशिश करिए। सो वीडियो देखने दे लई तुहाडा बहुत बहुत धन्यवाद। सो साडे नाल जुड़े रहन दे लई ते अपनी वीडियो नूं अगे शेयर ते लाइक ते कमेंट करिया करो। धन्यवाद जी।